ਕੀ ਰੰਜਸ ਸੀ? ਤਾਂਬਾ ਤੁਰ ਗੋਲੀਆਂ ਚਲਾ ਦਿੱਤੀਆਂ ਭਰੇ ਬਾਜ਼ਾਰ ਚ, ਪੁਲਿਸ ਕਾਫੀ ਦਾਅਵੇ ਕਰ ਦਿੰਦੀ ਨਾਕੇ ਲੱਗੇ, ਲੇਕਿਨ ਆਪਣੀ ਰੰਜਿਸ਼ ਕੀ ਸੀ? ਨਹੀਂ ਦੇਖੋ ਜੀ, ਸਾਡੀ ਕੋਈ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀਗੀ। ਮੇਰਾ ਬੇਟਾ ਵੀ ਇੱਕ ਕ੍ਰਿਕਟ ਪਲੇਅਰ ਸੀਗਾ ਜਿਹੜਾ ਹਰਪ੍ਰੀਤ ਸਿੰਘ ਆ, ਜਿਹੜਾ ਇਸ ਟਾਈਮ ਦੇ ਇੱਥੇ ਪ੍ਰੈਜ਼ੈਂਟ ਐਡਮਿਟ ਆ, ਤੇ ਆਕਾਸ਼ਦੀਪ ਮੇਰਾ ਛੋਟਾ ਬੇਟਾ ਯਾਨੀ ਕਿ ਉਹ ਮੈਰਿਡ ਆ, ਇੱਕ ਗੁੜੀਆ ਉਹਦੀ 4 ਸਾਲ ਦੀ, ਉਹਨੂੰ ਐਜ਼ ਅ ਡਰਾਈਵਰ ਇਹਨਾਂ ਨੇ ਕੁਛ ਮਹੀਨਿਆਂ ਵਾਸਤੇ ਰੱਖਿਆ ਸੀਗਾ ਕਿ ਤੂੰ ਸਾਡੀ ਗੱਡੀ ਚਲਾ ਦੇ, ਤੈਨੂੰ ਅਸੀਂ 10,000 ਰੁਪਇਆ ਪਰ ਮੰਥ ਦੇ ਦਿਆਂਗੇ, ਕਿਉਂਕਿ ਉਹਨਾਂ ਦੀ ਗੁੜੀਆ ਦਾ ਵਿਆਹ ਰੱਖਿਆ ਸੀ 1 ਅਕਤੂਬਰ ਦੀ 27 ਤਰੀਕ ਦਾ। ਤੇ ਅੱਜ ਸੂਬਾ ਉਹਨਾਂ ਨੇ ਇਹਨੂੰ ਕਾਲ ਕੀਤੀ ਪਹਿਲਾਂ ਵੀ ਆਪਣੇ ਉਹ ਸਹੁਰਿਆਂ ਘਰੇ ਗਿਆ ਆਪਦੀ ਘਰ ਦੀ ਨੂੰ ਛੱਡ ਕੇ, ਤੇ ਉਸ ਤੋਂ ਬਾਅਦ ਚਲੋ ਕਹਿਣ ਦਾ ਵੀ ਇਹਨੂੰ ਕਾਲ ਕਰਕੇ ਉਹਨਾਂ ਨੇ ਸੱਦਿਆ ਵੀ ਆਪਾਂ ਜਾਣਾ ਕਿਤੇ ਵਿਆਹ ਕਹਿਣ ਵਾਸਤੇ, ਉਹ ਗੁੜੀਆ ਵੀ ਨਾਲ ਸੀਗੀ, ਤੇ ਮੇਰਾ ਬੇਟਾ ਹਰਪ੍ਰੀਤ ਸਿੰਘ ਤੇ ਅਨਮੋਲ ਤੇ ਨਾਲ ਲੱਲੀ, ਇਹ 5 ਜਣੇ ਮਤਲਬ ਕਹਿਣ ਦਾ ਘਰੋਂ ਨਿਕਲੇ ਨੇ, ਤੇ ਇਹਨਾਂ ਤੇ ਹਮਲਾ ਹੋ ਗਿਆ ਜਿਹਦੇ ਵਿੱਚ ਮੇਰੇ ਬੇਟੇ ਆਕਾਸ਼ ਦੀ ਵੀ ਫੋਨ ਦਾ ਸਪੋਰਟ ਡੈਥ ਹੋ ਗਈ ਆ, ਲੱਲੀ ਦੀ ਵੀ ਮੌਕੇ ਤੇ ਡੈਥ ਹੋ ਗਈ, ਤੇ ਗੁੜੀਆ ਦੀ ਵੀ ਮੌਕੇ, ਜਸਪ੍ਰੀਤ ਜੱਸੀ ਉਹਦੀ ਵੀ ਮੌਕੇ ਤੇ ਡੈਥ ਹੋ ਗਈ, ਤੇ ਜਿਹਦੇ ਵਿੱਚੋਂ ਅਨਮੋਲ ਇਸ ਟਾਈਮ ਤੇ ਸੀਰੀਅਸ ਆ, ਉਹਨੂੰ ਲੁਧਿਆਣੇ ਰੈਫਰ ਕੀਤਾ, ਤੇ ਹਰਪ੍ਰੀਤ ਸਿੰਘ ਇੱਥੇ ਬਾਗੀ ਹਸਪੀਟਲ ਦੇ ਅੰਦਰ ਹੀ ਐਡਮਿਟ ਆ। ਜਿਹਦੇ ਵਜ੍ਹਾ ਕੀ ਮੰਨਦੇ ਹੋ ਆਖਿਰਕਾਰ, ਕਿਉਂਕਿ ਕਈ ਵਾਰ ਹੁੰਦਾ ਕੋਈ ਗੈਂਗਸਟਰ ਹੁੰਦਾ ਗੈਂਗਵਾਰ ਹੋ ਜਾਂਦੀ, ਵਜ੍ਹਾ ਕੀ ਮੰਨਦੇ ਤੇ ਕਿੰਨੀਆਂ ਗੋਲੀਆਂ ਉੱਥੇ ਚੱਲੀਆਂ ਨੇ? ਕੋਈ ਵਜ੍ਹਾ ਸੀ ਮੈਂ ਨਹੀਂ ਇਹ ਚੀਜ਼ ਦੱਸ ਸਕਦਾ, ਕਿਉਂਕਿ ਮੇਰੇ ਬੇਟਾ ਦਾ ਕਿਸੇ ਦੇ ਨਾਲ ਹੀ ਸਾਡਾ ਕੁਛ ਵੀ ਨਹੀਂ ਹੈਗਾ ਇਦਾਂ ਦਾ, ਸਿਰਫ ਇੱਕ ਅੱਛੇ ਦੋਸਤ ਹੋਣ ਦੇ ਨਾਤੇ ਵੀ ਕ੍ਰਿਕਟ ਇਕੱਠੇ ਖੇਡਦੇ ਸੀਗੇ, ਤੇ ਜਿਹਦੇ ਕਰਕੇ ਇਹਨਾਂ ਨੇ ਮੈਰਿਜ ਦੇ ਵਿੱਚ ਇਨਵੋਲਵ ਕੀਤਾ ਇਹਨਾਂ ਨੂੰ ਵੀ ਚਲੋ ਆਪਾਂ ਵਿਆਹ ਰੱਖਿਆ ਤੇ ਚਲੋ ਇੱਕ ਦੋਸਤ ਦੋਸਤ ਦੇ ਕੰਮ ਆਉਂਦਾ, ਵੀ ਉਹਨਾਂ ਨੇ ਆਖਿਆ ਵੀ ਚਲੋ ਤੁਸੀਂ ਸਾਡੇ ਨਾਲ 2-4 ਦਿਨ ਕਢਾ ਦਿਓ, ਗੱਡੀ ਲੈ ਕੇ ਜਾਣਾ ਹੁੰਦਾ ਕਿਤੇ ਵੀ, ਤੁਸੀਂ ਸਾਡੇ ਨਾਲ ਕਾਰ ਚਲਾਉਣ ਦਾ ਕੰਮ ਕਰੋ ਨਾਲ, ਤੇ ਮੈਂ ਇਸ ਚੀਜ਼ ਦੀ ਇਜਾਜ਼ਤ ਦੇਤੀ। ਮੈਂ ਕਿਹਾ ਵੀ ਚਲ ਕੋਈ ਡਰ ਨਹੀਂ, ਲੋਕਲ ਵਿਆਹ ਕਹਿਣੇ ਨੇ ਪਿੰਡਾਂ 'ਚ ਤੇ ਚਲੋ ਤੁਸੀਂ ਵੀ ਨਾਲ ਲੈ ਜਾ ਕਰੋ ਇਹਨਾਂ ਨੂੰ, ਵੀ ਚਲੋ ਮੈਂ ਵੀ, ਮੇਰਾ ਪਹਿਲਾਂ ਹੈਲਥ ਕਲੱਬ ਸੀਗਾ ਤੇ ਮੇਰੇ ਇੱਕ ਬੇਟੇ ਦੀ ਬਾਂਹ ਕੱਟੀ ਗਈ, ਪਿੱਛੇ ਸ਼ੀਸ਼ਾ ਵੱਜ ਗਿਆ ਸੀਗਾ, ਜਿਹਦੇ ਕਰਕੇ ਮੇਰਾ ਬਿਜ਼ਨਸ ਲੌਸ 'ਚ ਹੋ ਗਿਆ, ਤੇ ਮੈਂ ਹੁਣ ਕਾਰਪੈਂਟਰ ਲੱਕੜ ਦਾ ਕੰਮ ਕਰਦਾ ਪਿਆ ਜਿਹਦੇ ਨਾਲ ਮੇਰਾ ਘਰ ਚੱਲਦਾ ਸੀਗਾ। ਸੋ ਮਤਲਬ ਕਹਿਣ ਦਾ ਵੀ ਸਾਡੀ ਕਿਸੇ ਨਾਲ ਕੋਈ ਰੰਜਿਸ਼ ਨਹੀਂ, ਤੇ ਬਾਕੀ ਹੁਣ ਪਰਮਾਤਮਾ ਜਾਣਦਾ ਵੀ ਕਿੰਨੇ ਕੀਤਾ ਜੋ ਵੀ ਕੀਤਾ, ਤੇ ਉਹਨਾਂ ਤੋਂ ਸਾਨੂੰ ਕਾਨੂੰਨ ਤੋਂ ਇਨਸਾਫ ਚਾਹੀਦਾ। ਬਿਲਕੁਲ, ਕੀ ਲੱਗਦਾ ਇੱਕ ਮਹੀਨੇ ਬਾਅਦ ਲੜਕੀ ਦੀ ਸ਼ਾਦੀ ਸੀ, ਲੇਕਿਨ ਉਸ ਤੋਂ ਪਹਿਲਾਂ ਅਰਥੀ ਉੱਠ ਗਈ, ਕਿੱਡੀ ਵੱਡੀ ਗੱਲ ਹੈ ਕਿਉਂਕਿ ਵਿਆਹ ਦੇ ਕਾਰਡ ਵੰਡੇ ਜਾ ਰਹੇ ਦੱਸਿਆ ਜਾ ਰਿਹਾ, ਲੇਕਿਨ ਉਸ ਕੋਲ ਲੜਕੀ ਸੀ ਤਾਂ ਆਪਣੇ ਨਾਲ ਕੀ ਸੰਬੰਧ ਸੀ? ਆਖਿਰਕਾਰ ਵਿਆਹ ਦੇ ਕਾਰਡ ਵੰਡਣ ਦੇ ਕਾਰਨ ਮਾਤਮ ਛਾ ਗਿਆ। ਦੇਖੋ ਸਾਡੇ ਕਲੋਜ਼ ਹੋਣ ਦੇ ਨਾਤੇ ਵੀ ਅਸੀਂ ਬਸਤੀ ਬਾਗਲ ਹੀ ਰਹਿੰਦੇ ਹਾਂ, ਇਹ ਬਸਤੀ ਕੰਬੋਜ ਨਗਰ ਰਹਿੰਦੇ ਨੇ, ਵੀ ਚਲੋ ਇੱਕ ਰਿਲੇਸ਼ਨ ਹੁੰਦੇ ਨੇ, ਜਿਵੇਂ ਉਹਨਾਂ ਦੇ ਫਾਦਰ ਸਾਹਿਬ ਵੀ, ਚਲੋ ਅਸੀਂ ਅੱਜ 50 ਸਾਲ ਦੀ ਏਜ ਆ, ਤੇ ਇਹਨਾਂ ਦੇ ਫਾਦਰ ਵੀ ਅਸੀਂ ਇੱਕ ਦੂਜੇ ਦੇ ਕਲੋਜ਼ ਸੀਗੇ, ਉਸ ਮਹੱਲੇ 'ਚ ਅਸੀਂ ਕੋਲ ਆਉਣਾ ਜਾਣਾ, ਤੇ ਇੱਕ ਹੈਲੋ ਆਏ ਹੁੰਦੀ ਹੈ, ਤੇ ਬੱਚਿਆਂ ਦਾ ਵੀ ਗਾਂ ਜਿਵੇਂ ਇੱਕੋ ਟੀਮ ਦੇ ਵਿੱਚ ਖੇਡਣ ਦੇ ਨਾਲ ਇੱਕ ਅੱਛੇ ਦੋਸਤ ਬਣ ਚੁੱਕੇ ਹੁੰਦੇ ਆ, ਤੇ ਉਸ ਦੋਸਤੀ ਦੇ ਨਾਤੇ ਉਹਨਾਂ ਨੇ ਮਤਲਬ ਕਹਿਣ ਦਾ ਵੀ ਜਿਵੇਂ ਲੱਗਿਆ ਵੀ ਚੱਲ ਇਹਨਾਂ ਨੂੰ ਅਸੀਂ ਆਪਣੇ ਨਾਲ ਰੱਖ ਲਈਏ, ਤੇ ਉਹ ਗੱਡੀ ਚਲਾਉਣ ਵਾਸਤੇ ਬੇਟਾ ਮੇਰਾ, ਉਹ ਵੀ ਮੈਂ ਹਾਂ ਕਰ ਦਿੱਤੀ, ਵੀ ਚਲੋ ਮੇਰਾ ਕੰਮ ਬਿਜ਼ਨਸ ਮੇਰਾ ਫਲੋਪ ਹੋ ਗਿਆ ਸੀਗਾ, ਜਿਹਦੇ ਕਾਰਨ ਮੈਂ ਕਿਹਾ ਚਲੋ ਵੀ ਘਰ ਦਾ ਖਰਚਾ ਚਲਾਉਣ ਵਾਸਤੇ, ਉਹਦੀ 4 ਸਾਲ ਦੀ ਗੁੜੀਆ ਸੀ ਇੱਕ, ਜਿਹੜੀ ਕਿ ਪਿਛਲੇ ਕੁਛ ਦਿਨਾਂ ਤੋਂ ਸਕੂਲ ਵੀ ਸਾਡੇ ਤੋਂ ਨਹੀਂ ਭੇਜੀ ਜਾ ਰਹੀ ਸੀਗੀ, ਵੀ ਜਿਹਦੀ ਫੀਸ ਪੇ ਕਰਨ ਵਾਲੀ ਸੀਗੀ, ਤੇ ਉਹ ਉਹਨਾਂ ਨੇ ਕਿਹਾ ਮਤਲਬ ਕਹਿੰਦਾ ਵੀ ਚਲੋ ਅਸੀਂ ਇਹਨੂੰ 10,000 ਰੁਪਇਆ ਸੈਲਰੀ ਦੇ ਦਿਆਂਗੇ, ਨਾਲੇ ਅਸੀਂ ਗੱਡੀ ਸਿੱਖ ਲਾਂਗੇ ਇਹਦੇ ਕੋਲੋਂ, ਤੇ ਨਾਲੇ ਇਹਨੂੰ ਅਸੀਂ 10,000 ਰੁਪਇਆ ਸੈਲਰੀ ਦੇ ਦਿਆਂਗੇ, ਜਿਹਦਾ ਘਰ ਚੱਲ ਜਾਏਗਾ। ਚਲੋ ਮੈਂ ਇਸ ਚੱਕਰ 'ਚ ਹਾਂ ਕਰ ਦਿੱਤੀ, ਔਰ ਮੈਨੂੰ ਨਹੀਂ ਪਤਾ ਵੀ ਉਹਨਾਂ ਦੀ ਗਾਂ ਕਿਹਦੇ ਨਾਲ ਦੁਸ਼ਮਣੀ ਸੀ ਕੋਈ, ਵੀ ਇਸ ਚੀਜ਼ ਬਾਰੇ ਮੈਂ ਨਹੀਂ ਜਾਣਦਾ, ਔਰ ਜੇ ਸਾਨੂੰ ਇਸ ਚੀਜ਼ ਦਾ ਕਨਫਰਮ ਹੁੰਦਾ ਤੇ ਅਸੀਂ ਮਤਲਬ ਇਸ ਲਾਲਚ ਨੂੰ ਲਾਲਚੀ ਨਾ ਕਰਦੇ, ਅਸੀਂ 10,000 ਦਾ ਚਲੋ ਰੋਟੀ ਤੱਕ ਵੀ ਚੱਲਦੀ ਪਈ ਜਿੱਦਾਂ ਵੀ ਚੱਲਦੀ। ਪੁਲਿਸ ਦਾ ਕਿਸ ਤਰ੍ਹਾਂ ਵੇਖਦੇ ਹੋ? ਪੁਲਿਸ ਜਦੋਂ ਗੋਲੀਆਂ ਚੱਲੀਆਂ ਸ਼ਾਮ ਦੇ, ਕਿੰਨੀ ਦੇਰ ਸ਼ਾਮ ਦੀ ਘਟਨਾ ਹੈ, ਤੇ ਪੁਲਿਸ ਨੇ ਤਾਂ ਕੋਈ ਬੰਦੇ ਆਈਡੈਂਟੀਫਾਈ ਕੀਤੇ, ਆਖਿਰਕਾਰ ਕੌਣ ਸੀ? ਕਿਉਂਕਿ ਭਰੇ ਬਾਜ਼ਾਰ ਜਿਸ ਤਰ੍ਹਾਂ ਫਾਇਰਿੰਗ ਹੋ ਜਾਣੀ, ਕਾਨੂੰਨ ਤੇ ਸਵਾਲ ਤਾਂ ਉੱਠਣੇ ਜਗ ਜਾਰ ਗੱਲ ਹੈ, ਲੇਕਿਨ ਤੁਸੀਂ ਉਸ ਦੀ ਕਾਨੂੰਨੀ ਪ੍ਰਕਿਰਿਆ ਕਿਸ ਤਰ੍ਹਾਂ ਦੇਖਦੇ ਹੋ? ਪੁਲਿਸ ਨੇ ਕੋਈ ਬੰਦੇ ਆਈਡੈਂਟੀਫਾਈ ਕੀਤੇ, ਕੋਈ ਤੁਹਾਡਾ ਰਾਬਤਾ ਕੰਮ ਕੀਤਾ? ਕੋਈ ਹਾਲੇ ਤੱਕ ਸਾਡੇ ਨਾਲ ਕੋਈ ਸੰਪਰਕ ਨਹੀਂ ਆ, ਸਵੇਰੇ ਆਏ ਨੇ ਮੇਬੀ ਘਟਨਾ ਤੋਂ ਬਾਅਦ,
SSP DSP ਸਾਹਿਬ ਵੀ ਆਏ ਸੀਗੇ, ਮੈਡਮ ਜੀ ਵੀ ਆਏ ਸੀਗੇ, ਸਾਰੇ ਮਤਲਬ ਬਿਆਨ ਲੈ ਗਏ ਨੇ ਇੱਕ ਵਾਰੀ। ਉਸ ਤੋਂ ਬਾਅਦ ਜੋ ਵੀ ਲੋਕੇਸ਼ਨ ਉੱਥੇ ਕੈਮਰੇ ਦੀਆਂ ਫੋਟੋਆਂ ਨੇ ਉਹਨਾਂ ਦੇ ਮੁਤਾਬਕ ਜੋ ਵੀ, ਹਾਲੇ ਤੱਕ ਤਾਂ ਨਹੀਂ ਚਲੋ ਕੋਈ ਪੁੱਛਣਾ, ਬਾਕੀ ਅੱਛਾ ਹੀ ਕਰਨਗੇ ਜੋ ਵੀ ਕਰਨਗੇ। ਇਹਦੇ ਲਈ ਹੋਰ ਆਪਾਂ ਕੀ ਕਹਿ ਸਕਦੇ, ਅਸੀਂ ਤਾਂ ਕਾਨੂੰਨ ਤੋਂ ਹੀ ਮੰਗ ਕਰਦੇ ਹਾਂ ਵੀ ਚਲੋ ਫੋਟੋਆਂ ਨੂੰ ਵੈਰੀਫਾਈ ਕਰਕੇ ਜੋ ਵੀ ਨੇ ਮੌਕੇ 'ਤੇ ਜਿਨ੍ਹਾਂ ਨੇ ਵੀ ਵਾਰਦਾਤ ਕੀਤੀ ਹੈ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਸ਼ੱਕ ਕੋਈ ਆਪਾਂ ਨੂੰ ਦੱਸਿਆ ਪੁਲਿਸ ਨੂੰ, ਸਾਨੂੰ ਇਸ 'ਤੇ ਸ਼ੱਕ ਹੈ ਵੀ ਜਿਹਨੇ ਫਾਇਰਿੰਗ ਕੀਤੀ ਹੋਈ? ਮੈਨੂੰ ਸਾਨੂੰ ਨਹੀਂ ਕਿਸੇ 'ਤੇ ਵੀ ਸ਼ੱਕ ਹੈਗਾ, ਕਿਉਂਕਿ ਸਾਡਾ ਕਿਸੇ ਬੱਚਿਆਂ ਦਾ ਹੈ ਹੀ ਨਹੀਂ ਕਿਸੇ ਨਾਲ, ਕਿਉਂਕਿ ਮੇਰੇ ਬੇਟੇ ਪਲੇਅਰ ਹੈ ਉਧਰੋਂ, ਨੈਸ਼ਨਲ ਟ੍ਰੇਨਰ ਬੇਟਾ ਮੇਰਾ ਹਰਪ੍ਰੀਤ ਸਿੰਘ, ਜਿਹੜਾ ਆਕਾਸ਼ ਹੈ ਉਹ ਚਲੋ ਦੋ ਵਾਰੀ ਬਾਹਰ ਜਾ ਕੇ ਆਇਆ, ਦੁਬਈ ਗਿਆ ਸੀਗਾ, ਮਲੇਸ਼ੀਆ ਗਿਆ ਸੀਗਾ, ਅਤੇ ਉਸ ਤੋਂ ਬਾਅਦ ਉਹ ਵਾਪਸ ਆ ਗਿਆ, ਚਲੋ ਉਹਨੂੰ ਨਹੀਂ ਕੰਮ ਮਿਲਿਆ, ਜਿਹਦੇ ਕਰਕੇ ਹੁਣ ਘਰ ਦੇ ਕੰਮਾਂ ਵਿੱਚ ਥੋੜ੍ਹਾ ਬਹੁਤ ਜਿੱਥੇ ਵੀ ਉਹਨੂੰ ਕੰਮ ਮਿਲਦਾ ਜਿੱਦਾਂ ਵੀ ਦਿਹਾੜੀ ਦੱਪਾ ਚਲੋ ਜਾ ਕੇ ਆਉਂਦਾ ਸੀਗਾ। ਅਤੇ ਹੋਰ ਇੱਦਾਂ ਦਾ ਕੋਈ ਸਾਡਾ ਮਤਲਬ ਕਿਸੇ ਦੇ ਨਾਲ ਕੋਈ ਵੀ ਸਾਡੀ ਕੋਈ ਰੰਜਿਸ਼ ਨਹੀਂ।